ਸਮਝਦਾ ਹੋਵੇ ਅੱਜ ਮੈਂ ਪਿਆ ਦੀਆਂ ਨੇੜੇ ਤੇ ਰਹਿ ਰਹਿ ਕੇ ਥੱਕ ਪਿਆ ਹੋਸ਼ੇ ਮਜ਼ਲੂਮ ਦੀ ਅੱਖ ਖੁੱਲੀਆਂ ਮੇਰੇ ਜੀ ਮੇਰਾ ਸਲਾਮ ਬਾਬਾ ਮੇਰੇ ਸਲਾਮ ਬਾਬਾ ਤੇ ਖੂਨ ਦੀ ਮਹਿੰਦੀ ਕਹਿ ਲਾਈ ਬਾਬਾ ਤੇਰੀਆਂ ਜੱਗਾਂ ਕਹਿ ਦਿੱਤੀਆਂ ਬਾਬਾ ਕੇ ਪਾਣੀ ਪਿਲਾਇਆ ਹੈ ਯਾ ਕੋਈ ਨਾ ਮੇਰੀ ਧੀ ਆਪਣਾ ਹਾਲ ਸੁਣਾ ਬਾਬਾ ਨਿਭ ਗਈ ਬਾਬਾ ਜੇ ਮੇਰੇ ਸੁਲਤਾਨ ਦੀ ਧੀਆਂ ਮਿੱਟੀਆਂ ਤੇ ਰੁਲ ਗਈਆਂ ਬਾਬਾ ਮੈਂ ਜੇ ਤੇਰੀ ਧੀ ਆਈ ਤੇਰਾ ਰਤ ਮੰਗੇ ਹਾਂ ਸਜਾਦ ਬੈਠਾ ਆਪ ਪੁੱਛ ਲੈ ਮੈਂ ਤੇਰੇ ਸਜਾਦ ਦਾ ਖਿਆਲ ਰੱਖਿਆ ਯਾ ਕੋਈ ਨਾ ਅੱਲਾ ਗਵਾਇਆ ਦੀਏ ਬਾਬਾ ਅੱਖਾਂ ਬੰਦ ਹੋ ਗਈਆਂ ਅੱਖਾਂ ਬੰਦ ਹੋ ਗਈਆਂ ਸਾਹ ਮੁੱਕ ਗਏ ਬੀਬੀ ਫਿਰਦਾ ਤੇਰੀ ਸੱਜਾ ਤੇਰੀ ਭੈਣ ਦੁਨੀਆਂ ਤੇ ਤੁਰ ਗਈ ਜਿਹੜੇ ਵੇਲੇ ਬੀਬੀ ਨਵਾਬ ਨੂੰ ਭਾਈ ਜਾਨ ਪਤਾ ਲੱਗਾ ਸ਼ਾਮ ਦੇ ਮੇਰੀ ਧੀ ਦੁਨੀਆਂ ਤੋਂ ਡੁੱਲ ਗਈ ਬੀਬੀ ਦੀਵਾਰ ਨਾਲ ਮੱਥਾ ਮਾਰਿਆ ਹੈ ਅਕਲ ਮਾਰ ਕੇ ਆਉਂਦੇ ਨੇ ਸਲਾਮ ਹੋਈ ਸੈਯਦਾ ਮੇਰੇ ਸਲਾਮ ਆਦੀ ਕੈਦੀ ਤੇਰੇ ਚਿਹਰੇ ਤੋਂ ਇੰਝ ਲੱਗਦਾ
ਕਿਸੇ ਵੱਡੇ ਖਾਨਦਾਨ ਦਾ ਫਰਜ਼ ਹੈ। ਕਹਿੰਦੀ ਮੈਂ ਸੁਣਿਆ ਅੱਲਾ ਕਹਿੰਦੀ ਦੀ ਦੁਆ ਬੜੀ ਕਬੂਲ ਕਰਦਾ ਹੈ, ਸੱਜਾਦਾ ਦਾ ਕੋਈ ਮੰਗਾ ਨਹੀਂ ਆਈ। ਆਦੀ ਹਾਂ ਕਹਿੰਦੀ ਮੇਰੀ 8 ਸਾਲ ਦੀ ਧੀ ਹੈ, ਬੜੀ ਸਖਤ ਬਿਮਾਰ ਹੈ। ਕਹਿੰਦੀ ਮੇਰੀ ਕੋਲ ਕਾਇਨਾਤ ਦੀ ਕੋ ਧੀ ਹੈ, ਦੁਆ ਮੰਗ ਅੱਲਾ ਮੇਰੀ ਧੀ ਨੂੰ ਤੰਦਰੁਸਤੀ ਦੇਵੇ। ਅੰਮਾ ਤੇ ਮਿਆਉ ਸੱਜਾਦਾ ਦਾ ਘਰ ਜਾ, ਬੱਚੀ ਨੂੰ ਮੇਰੇ ਕੋਲ ਲੈ ਆ, ਮੈਂ ਤੇਰੀ ਧੀ ਵਾਸਤੇ ਦੁਆ ਮੰਗਦਾ। ਅੱਲਾ ਦੁਆ ਦੌੜ ਕੇ ਘਰ ਗਈ ਹੈ, ਇਹਦੇ ਜਾਣ ਤੋਂ ਪਹਿਲੇ ਭਾਈ ਜਾਣ ਦੀ ਧੀ ਮਰ ਗਈ ਹੈ। ਆਖਰੀ ਹੋ ਗਈ ਗੱਲ